ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅਸੀਂ ਗਲਤਾਂ ਕਰ ਰਹੇ ਹਾਂ ਕਿ ਕੇਜਰੀਵਾਲ ਨੂੰ ਐਵੇਂ ਕਰਨਾ ਚਾਹੀਦਾ ਸੀਗਾ ਜਾਂ ਫਿਰ ਸੁੱਚਾ ਸਿੰਘ ਛੋਟੇਪੁਰ ਐਵੇਂ ਕਰਨ ਜਾਂ ਫਿਰ ਕਈਆਂ ਨੇ ਆਪਣਾ ਸਾਥ ਦਿੱਤਾ। ਮੈਂ ਤੁਹਾਡੀ ਗੱਲ ਕਰ ਰਿਹਾ, ਕਈ ਲੋਕ ਵਿਦੇਸ਼ਾਂ ਤੋਂ ਨੌਕਰੀ ਛੱਡ ਛੱਡ ਕੇ ਜਦ ਆਮ ਆਦਮੀ ਪਾਰਟੀ ਦੇ ਲਈ ਵਲੰਟੀਅਰ ਕੀਤਾ, ਇੰਨਾ ਸਹਿਯੋਗ ਦਿੱਤਾ, ਔਰ ਕਈਆਂ ਨੇ ਆਪਣੀ ਜਿਹੜੀ ਜ਼ਿੰਦਗੀ ਦੀ ਜੋ ਉਹਨਾਂ ਦੇ ਸਿੱਖਿਆ ਸੀਗਾ ਉਹ ਤੱਕ ਸਮਰਪਿਤ ਕਰਤਾ ਆਮ ਆਦਮੀ ਪਾਰਟੀ ਨੂੰ, ਔਰ ਕਈਆਂ ਨੇ ਤਾਂ ਪੈਸੇ ਤੱਕ ਦਿੱਤੇ, ਡੋਨੇਸ਼ਨ ਤੱਕ ਦਿੱਤੀ, ਤੁਸੀਂ ਵੀ ਦਿੱਤੇ ਹੋਣੇ ਆ। ਲੇਕਿਨ ਅੱਜ ਕਿੱਥੇ ਖੜੀ ਆ ਆਮ ਆਦਮੀ ਪਾਰਟੀ ਔਰ ਉਹਨਾਂ ਦੇ ਆਗੂ, ਉਹੀ ਆਪਾਂ ਵਿਚਾਰ ਵਟਾਂਦਰਾ ਕਰ ਰਹੇ ਹਾਂ। ਮੇਰੇ ਨਾਲ ਕਾਲਰਸ ਕਾਫੀ ਦੇਰ ਤੋਂ ਜੁੜੇ ਹੋਏ ਹਨ, ਉਹਨਾਂ ਦੇ ਵੀ ਆਪਾਂ ਪ੍ਰਤੀਕਰਮ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੱਖਣ ਸਿੰਘ ਬੋਲਦਾ ਜੀ, ਹਰਕਿਰਤ ਸਿੰਘ ਜੀ। ਜੀ ਮੱਖਣ ਸਿੰਘ ਜੀ, ਕੀ ਕਹਿਣਾ ਚਾਹੋਗੇ? ਬਸ ਜੀ, ਤੁਹਾਡੇ ਮੁੱਦੇ ਦਾ ਸੁਣ ਰਹੇ ਸੀ ਕੌਲਾਂ ਵਾਲੇ ਦੀ, ਸੱਜਣਾ ਨੇ ਬਹੁਤ ਹੀ ਸੋਹਣੇ ਜਿਹੜੇ ਆਪਣੇ ਆਪਣੇ ਸੁਝਾਅ ਦਿੱਤੇ ਆ ਜੀ ਜੀ, ਤੇ ਇੱਕ ਵਧੀਆ ਵਧਾਈਆਂ ਤੁਹਾਨੂੰ ਦਿੰਦੇ ਹਾਂ ਜੀ। ਬੜੀ ਤੁਸੀਂ ਮੁੱਦਾ ਬਹੁਤ ਸੋਹਣਾ ਲੈ ਕੇ ਆਏ ਆ, ਜਿੱਦਾਂ ਇਸ ਵੇਲੇ ਜਿਹੜੀ ਚੀਜ਼ ਦੀ ਜ਼ਰੂਰਤ ਸੀ ਨਾ, ਉਹਦੇ ਹਿਸਾਬ ਨਾਲ ਹੀ ਤੁਸੀਂ ਮੁੱਦੇ ਨੂੰ ਛੇੜਿਆ ਆ ਉਹਨੂੰ। ਤੇ ਬਾਕੀ ਗੱਲ ਜਿਹੜੀ ਹੈ ਜੀ ਆਪਣੇ ਛੋਟੇਪੁਰ ਸਾਹਿਬ ਦੀ ਜਾਂ ਦੂਜਿਆਂ ਦੀ, ਇਹ ਜਿਹੜੀ ਨਾ ਜੇ ਤੁਸੀਂ ਕਹਿੰਦੇ ਆ ਉੱਧਰ ਚੱਲ ਜਾਂਦੇ ਆ ਤਾਂ ਉੱਧਰ ਜਾ ਕੇ ਜਵਾਬ ਕੀ ਦੇਣਾ ਆ, ਜਾਂ ਮੁੜ ਕੇ ਕਿਹੜੇ ਮੂੰਹ ਨਾਲ ਲੋਕਾਂ ਦੇ ਸਾਹਮਣੇ ਆਉਣਾ, ਜਾਂ ਉਹ ਜਵਾਬਦਾਰੀ ਕੀ ਹੋਣੀ ਆ, ਜੇ ਰਿਪੋਰਟ ਦੇ ਹਿਸਾਬ ਨਾਲ ਤੁਸੀਂ ਸੋਚਣਾ ਆ ਤਾਂ ਫਿਰ ਸਭ ਕੁਛ ਜਾਇਆ ਗਿਆ ਜੀ ਜੀ ਜੀ। ਨੰਬਰ ਇੱਕ ਜੀ। ਨੰਬਰ ਦੋ, ਵੀ ਛੋਟੇਪੁਰ ਸਾਹਿਬ ਦੀ ਲੋੜ ਕਿਉਂ ਪਈ ਆ? ਛੋਟੇਪੁਰ ਸਾਹਿਬ ਦੀ ਕੋਈ ਲੋੜ ਨੀ ਉਹਨਾਂ ਨੂੰ ਹੈਗੀ, ਉਹ ਸਿਰਫ ਇਸ ਵੇਲੇ ਉਹ ਸਥਿਤੀ ਉੱਥੋਂ ਤੱਕ ਪਹੁੰਚ ਗਈ ਹੋਈ ਆ ਬਈ, ਇੱਕ ਇਹਨਾਂ ਨੇ ਇੱਕ ਇਲੈਕਸ਼ਨ ਤੋਂ ਪਹਿਲਾਂ ਬਹੁਤ ਤਕੜੀ ਗਲਤੀ ਕੀਤੀ ਸੀ, ਜੇ 3 ਮਹੀਨੇ ਪਹਿਲਾਂ ਇਲੈਕਸ਼ਨ ਤੋਂ ਜਦੋਂ ਪੂਰੇ ਜੋਗਣ ਤੇ ਸੀਗਾ, ਜ਼ੋਰ ਸੀਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ, ਉਦੋਂ ਇਹਨਾਂ ਨੇ ਬਹੁਤ ਵੱਡੀ ਗਲਤੀ ਇਹ ਕੀਤੀ ਸੀ ਛੋਟੇਪੁਰ ਸਾਹਿਬ ਨੂੰ ਕੱਢਣ ਦੀ। ਵੇਟ ਕੀਤੀ ਜਾ ਸਕਦੀ ਸੀ, ਜਾਂ ਪਹਿਲੀ ਗੱਲ ਕੋਈ ਗੱਲ ਹੈ ਹੀ ਨਹੀਂ ਸੀ, ਜੇ ਹੈਗੀ ਵੀ ਸੀ ਤਾਂ ਉਸ ਟਾਈਮ ਤੇ ਵੇਟ ਕਰਨੀ ਚਾਹੀਦੀ ਸੀ, ਠੀਕ ਹੈ ਜੀ, ਤਾਂ ਇਹਨਾਂ ਨੂੰ ਲੀਡਰ ਮੰਨਿਆ ਜਾਂਦਾ। ਨੰਬਰ ਦੋ, ਉਹੋ ਹੀ ਸੇਮ ਗਲਤੀ ਜਿਹੜੀ ਆ, ਕਿਉਂਕਿ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਘੱਟ ਸੀ ਤੇ ਉਦੋਂ ਉਹਦਾ ਜਾਣ ਪਈ ਜਦੋਂ ਇਲੈਕਸ਼ਨ ਆ ਗਈ ਆ, ਤੇ ਹੁਣ ਵੀ ਵੈਂਟੀਲੇਟਰ ਤੇ ਸੀਗੀ ਆਪਣੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜੀ ਜੀ। ਤੇ ਜਦੋਂ ਖਹਿਰਾ ਸਾਹਿਬ ਨੇ ਇਹਨੂੰ ਮਾੜਾ ਜਿਹਾ ਗੁੱਲੂਕੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਆ, ਜਦੋਂ ਵਿਰੋਧੀ ਧਿਰ ਦਾ ਨੇਤਾ ਸੀਗਾ ਤੇ ਉਹਨੇ ਏਡੇ ਬੇਬਾਕ ਨਿਡਰ ਹੋ ਕੇ ਏਡੇ ਏਡੇ ਤਗੜੇ ਮੁੱਦੇ ਛਾਡੇ ਆ, ਤੇ ਫਿਰ ਲੋਕਾਂ ਨੂੰ ਲੱਗਣ ਲੱਗਾ ਸੀ ਵੀ ਨਹੀਂ ਕੋਈ ਲੀਡਰ ਹੈਗਾ ਆ ਜਿਹੜਾ ਲੋਕ ਸੋਚ ਰਹੇ ਵਚਨਬੰਦ ਹੈ, ਕੋਈ ਬੰਦਾ ਹੈਗਾ ਜਿਹੜਾ ਵਚਨਬੰਦ ਆ, ਧੜਕ ਹੋ ਕੇ ਅਰਬ ਗਾਹਕ ਹੋ ਕੇ ਉਹ ਬੋਲ ਰਿਹਾ ਆ, ਹਾਂਜੀ, ਤੇ ਉਹਨੂੰ ਉਹਦਾ ਖਮਿਆਜਾ ਵੀ ਭੁਗਤਣਾ ਪਿਆ, ਤੁਹਾਨੂੰ ਪਤਾ ਝੱਲਣਾ ਪਿਆ ਜਦੋਂ ਇੰਨਾ ਵਿਰੁੱਧ ਕਿਸੇ ਮਿਨਿਸਟਰ ਦੇ ਜਾਂ ਆਪਣੇ ਸਿੱਧਾ ਸਰਕਾਰ ਨਾਲ ਮੱਥਾ ਲਾਉਣਾ ਹੈ ਤਾਂ ਮਾੜੀ ਮੋਟੀ ਗੱਲ ਨੀਗੀ। ਤੇ ਪੰਜਾਬ ਦੇ ਵਿੱਚ ਆਪਾਂ ਓਲ ਲੈਵਲ ਦੇਖ ਲਈਏ ਤੇ ਹਰਕੀਰਤ ਸਿੰਘ ਜੀ ਇੱਕੋ ਹੀ ਬੰਦਾ ਸੀਗਾ, ਸੁਖਪਾਲ ਸਿੰਘ ਖਹਿਰਾ, ਜਿਹੜਾ ਇਸ ਵੇਲੇ ਉਹਨੂੰ ਮਾੜਾ ਮੋਟਾ ਸਾਹ ਦੇ ਰਿਹਾ ਸੀ ਪਾਰਟੀ ਨੂੰ, ਤੇ ਲੋਕਾਂ ਦੇ ਵਿੱਚ ਮਾੜੀ ਜਿਹੀ ਵੇਹ ਬਣ ਰਹੀ ਸੀ ਜੀ ਜੀ। ਇਹਨਾਂ ਨੇ ਉਹ ਕੋਈ ਕਾਰਨ ਵੀ ਨਹੀਂ ਹੋਇਆ, ਜਾਂ ਕੋਈ ਕਾਰਨ ਹੁੰਦਾ ਨਾ, ਕਾਰਨ ਲੱਭਦਾ ਆਪਾਂ ਨੂੰ ਵੀ ਹਾਂ ਵੀ ਆਹ ਕਾਰਨ ਬਣਿਆ, ਜਾਂ ਇਸ ਕਰਕੇ ਅਸੀਂ ਇਹਨੂੰ ਲਾ ਰਹੇ ਹਾਂ, ਜਾਂ ਕੋਈ ਮੀਟਿੰਗ ਹੁੰਦੀ, ਕਾਨਫਰੰਸ ਕਰਦੇ, ਕੋਈ ਕੇਂਦਰੀ ਸਭਾ ਪਾਉਂਦੇ, ਕੋਈ ਤਰੀਕਾ ਅਪਣਾਉਂਦੇ ਉਸ ਚੀਜ਼ ਦਾ, ਜਿਹੜਾ ਲੋਕਾਂ ਨੂੰ ਲੱਗਦਾ ਵੀ ਹਾਂ ਕਿਤੇ ਨਾ ਕਿਤੇ ਕੁਛ ਹੱਦ ਤੱਕ ਸਹੀ ਵੀ ਆ, ਹਨਾ ਜੀ ਜੀ। ਮਤਲਬ ਹੁਣ ਕਹਿਣ ਦਾ ਭਾਵ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਪੋਜ਼ਿਟਿਵ ਤਰੀਕੇ ਨਾਲ ਆਪਣਾ ਪ੍ਰਚਾਰ ਸ਼ੁਰੂ ਕੀਤਾ ਸੀਗਾ ਉਹ ਨੈਗੇਟਿਵ ਦੇ ਪਾਸੇ ਤੁਰ ਪਿਆ ਜੀ ਜੀ ਬਿਲਕੁਲ ਜੀ ਜੀ। ਮਤਲਬ ਉਹਨੂੰ ਹੁਣ ਮਰਹਮ ਲਾਂਦੀ, ਛੋਟੇਪੁਰ ਸਾਹਿਬ ਨੂੰ, ਛੋਟੇਪੁਰ ਸਾਹਿਬ ਨੂੰ ਜਿਹੜੀ ਉੱਧਰ ਲਿਆਉਣ ਦੀ ਆ, ਕਾਰਨ ਹੋਰ ਕੋਈ ਨੀਗਾ ਜੀ ਜ਼ਿਆਦਾ, ਸਿਰਫ ਖਹਿਰਾ ਸਾਹਿਬ ਇਹਦਾ ਧੜਾ ਜਿਹੜਾ ਅਲੱਗ ਹੋਇਆ ਨਾ ਇਹਨਾਂ ਦੇ ਨਾਲ ਲੋਕਾਂ ਨੇ, ਕਿਉਂਕਿ ਸਟੈਂਡ ਜਿਹੜੇ ਬੰਦੇ ਨੇ ਲੈਣਾ ਆ ਜੀ, ਤੇ ਲੋਕਾਂ ਨੇ ਉਹਦੇ ਨਾਲ ਹੋਣਾ, ਤੁਹਾਨੂੰ ਪਤਾ ਚਾਪਲੂਸੀਆਂ ਦਾ ਕਿੰਨਾ ਜਿਹੜਾ ਅਸਰ ਚੱਲਣਾ ਕੰਮ ਹਨਾ। ਕਰੈਕਟ ਕਰੈਕਟ, ਇਸ ਕਰਕੇ ਹੁਣ ਉਹ ਭਗਵੰਤ ਮਾਨ ਹੋਣ ਨੂੰ ਵੀ ਪਤਾ ਲੱਗ ਗਿਆ ਥੋੜਾ ਜਿਹਾ ਵੀ ਨਹੀਂ ਉਹ ਗੱਲ ਮੰਨਣੀ ਹੈ, ਕਿਉਂਕਿ ਲੋਕਾਂ ਨੇ ਜਵਾਬ ਮੰਗਣਾ, ਇੱਕ ਭਗਵੰਤ ਮਾਨ ਇੱਕ ਹੋਰ ਚੀਜ਼ ਤੇ ਬਹੁਤ ਕਸੂਤਾ ਫਸ ਗਿਆ ਜੀ 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 ਜੀ, ਕਿਉਂਕਿ ਉਹਨਾਂ ਨੇ ਇੱਕ ਗੇਮ ਖੇਡੀ ਸੀ ਕਿ ਜਦੋਂ ਅਸੀਂ ਆ ਮਾਫੀ ਮੰਗਾਂਗੇ ਨਾ ਮਜੀਠੀਏ ਕੋਲੋਂ ਜੀ, ਤੇ ਸਿਰਫ ਅੱਧੇ ਘੰਟੇ ਦਾ ਟਾਈਮ ਮਿਲਦਾ, ਅੱਧੇ ਘੰਟੇ ਚ ਭਗਵੰਤ ਮਾਨ ਆਪਣਾ ਅਸਤੀਫਾ ਦੇ ਦਿੰਦਾ ਆ, ਤੇ ਅਸੀਂ ਸਵੀਕਾਰ ਨਾ ਕਰਾਂਗੇ ਤੇ ਥੋੜੇ ਟਾਈਮ ਬਾਅਦ ਅਸੀਂ ਕਹਿ ਦਿਆਂਗੇ ਅਸੀਂ ਸਵੀਕਾਰ ਨਹੀਂ ਕੀਤਾ ਅਸਤੀਫਾ ਤੇ ਅਸੀਂ ਇਹਨੂੰ ਫਿਰ ਪ੍ਰਧਾਨ ਬਣਾ ਰਹੇ ਹਾਂ, ਉਹ ਹੁਣ ਆ ਗਈ ਹੈ ਜੀ ਸੱਪ ਦੇ ਮੂੰਹ ਚ ਤਿਰਲੀ, ਕਿਉਂਕਿ ਭਗਵੰਤ ਮਾਨ ਨੂੰ ਹੁਣ ਜਵਾਬ ਦੇਣਾ ਪੈਂਦਾ ਵੀ ਮਾਫੀ ਦੇ, ਉਹਨੇ ਕੀ ਕੀਤਾ ਕੇਜਰੀਵਾਲ ਨੇ ਮਾਫੀ ਦਾ, ਜਿਹੜਾ ਤੂੰ ਫਿਰ ਪ੍ਰਧਾਨਗੀ ਲੈ ਲਿਆ, ਮੈਂ ਤੁਹਾਨੂੰ ਬਿਲਕੁਲ ਮੈਂ ਇਸ ਗੱਲ ਤੇ ਸਹਿਮਤ ਹਾਂ, ਆਈ ਵੁਡ ਲਾਈਕ ਟੂ ਗਿਵ ਯੂ ਇੰਟੈਲੀਜੈਂਸੀ ਅਵਾਰਡ, ਤੁਸੀਂ ਬਹੁਤ ਅੱਛਾ ਐਨਾਲਿਸਿਸ ਕੀਤੀ ਹੈ ਗੱਲ ਜੀ 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 ਜੀ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਜੀ, ਮੇਰੇ ਨਾਲ ਹੋਰ ਵੀ ਕਾਲਰਸ ਹਨ, ਉਹਨਾਂ ਦੇ ਵੀ ਆਪਾਂ ਪ੍ਰਤੀਕਰਮ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਵੀਰੇ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਵੀਰੇ? ਮੈਂ ਇਹੀ ਸੁਣ ਰਿਹਾ, ਕੱਲ ਵੀ ਉਹ ਟਰਾਈ ਕਰਨ ਲੱਗਾ ਤੁਹਾਡੇ ਆਉਣ ਦੀ ਟੀਵੀ ਦੇ ਉੱਤੇ ਜੀ 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 ਵੀਰੇ, ਵੀ ਜਿਹੜੀ ਪੋਲੀਟਿਕਸ ਦਾ ਮੈਂ ਵੀ ਦੇਖ ਰਿਹਾ, ਜਿੱਦਣ ਮੈਂ ਪੈਦਾ ਹੋਇਆ ਮੈਂ ਹੋ ਗਿਆ 50 ਸਾਲ ਦੀ, ਮੇਰੀ ਏਜ ਹੋ ਗਈ ਜੀ ਜੀ ਜੀ, ਇਹ ਸਫਾਈ ਕਰਨੀ ਚਾਹੁੰਦੇ ਆ ਚਾਹੇ ਗੁਰੂ ਘਰ ਆ ਜੀ, ਤੇ ਚਾਹੇ ਇਹ ਆਮ ਆਦਮੀ ਰੱਖ ਲਓ ਜੀ, ਤੇ ਇਹ ਵਿੱਚ ਆ ਕੇ ਹੀ ਕਲੀਨ ਹੋਣੇ ਆ, ਜੇ ਆਪਾਂ ਬਾਹਰੋਂ ਆ ਕੇ ਰੌਲਾ ਪਾਈਏ ਜੋ ਬਾਹਰੋਂ ਆ ਕੇ ਕੁਛ ਨੀ ਆਪਾਂ ਕਰ ਸਕਦੇ, ਆਪ ਜਾਣਾ ਪੈਣਾ, ਆਪ ਜਾਣਾ ਪੈਣਾ
ਜੀ ਕਿੰਨਾ ਚਿਰ ਤੁਸੀਂ ਆਪ ਹੁਣ ਜੇ ਫਰਜ਼ ਕਰੋ ਆਪਾਂ ਕਹਿੰਦੇ ਆਜ਼ਾਦੀ ਦੇ ਬਾਰੇ ਭਗਤ ਸਿੰਘ ਨੇ ਨਾਂ ਸਿਰ ਦਿੱਤਾ ਹੁੰਦਾ ਤਾਂ ਆਜ਼ਾਦੀ ਮਿਲ ਜਾਂਦੀ ਜੀ ਆਪ ਮਰੋ ਤੇ ਸਵਰਗ ਜਾਓ। ਹਾਂਜੀ ਤੇ ਵੀਰੇ ਬਸ ਮੇਰੀ ਸੋਚ ਆ ਜਿੰਨਾ ਚਿਰ ਆਪਣੇ ਉਹ ਆਪਣੀ ਆ ਰਹੇ ਵਿੱਚ ਕੋਈ ਵੀ ਆਪਣਾ ਬੰਦਾ ਨਹੀਂ ਆਪਣਾ ਵਿੱਚ ਕੋਈ ਵੀ ਬੰਦਾ ਵਿੱਚ ਆਪਣੀ ਹਾਜ਼ਰੀ ਨਹੀਂ ਲਾ ਰਿਹਾ ਉਹਨਾਂ ਚਿਰ ਆਪਾਂ ਆਪਣੀ ਕਿਸੇ ਨੇ ਗੱਲਬਾਤ ਨਹੀਂ ਸੁਣਨੀ ਵੀਰੇ। ਜੀ ਥੈਂਕ ਯੂ ਵੈਰੀ ਮੱਚ ਜੀ ਤੁਸੀਂ ਆਪਣੇ ਪ੍ਰਤੀਕਰਮ ਸਾਨੂੰ ਦਿੱਤੇ। ਤੁਸੀਂ ਹੋਰ ਵੀ ਕੁਝ ਕਹਿਣਾ ਚਾਹ ਰਹੇ ਸੀਗੇ ਲੇਕਿਨ ਤੁਹਾਡਾ ਫੋਨ ਡਿਸਕਨੈਕਟ ਹੋ ਗਿਆ। ਆਮ ਰੀਲੀ ਸੋਰੀ ਰੀਲੀ ਅਪੋਲੋਜਾਈਜ਼ ਫੋਰ ਦੈਟ ਕਿਉਂਕਿ ਮੈਨੂੰ ਇੱਥੇ ਕਮਰਸ਼ੀਅਲ ਬ੍ਰੇਕ ਜਿਹੜਾ ਉਹ ਇਜਾਜ਼ਤ ਦੇ ਰਿਹਾ ਫਿਲਹਾਲ ਨਿੱਕੇ ਜਿਹੇ ਵਕਫੇ ਤੋਂ ਬਾਅਦ ਜਦ ਮੈਂ ਆਵਾਂਗਾ। ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਸਾਰੇ ਕਾਲਰ ਸਿਸਟਮ ਬਹੁਤ ਚਿਰ ਤੋਂ ਹੋਲਡ ਦੇ ਉੱਤੇ ਪਏ ਹੋਏ ਨੇ। ਲਵਾਂਗਾ ਤੁਹਾਡੀ ਕਾਲ ਇਸ ਬ੍ਰੇਕ ਤੋਂ ਉਸ ਪਾਰ।